ਇੰਟਰਨੈਸ਼ਨਲ ਯੋਗਾ ਡੇ ਦੇ ਮੌਕੇ ਤੇ ਡਾਕਟਰ ਸਤਿੰਦਰ ਕੱਕੜ ਜੀ ਨੇ ਲਾਇਨਸ ਭਵਨ ਵਿੱਚ ਆ ਕੇ ਖਾਸ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਨਾਲ ਸਮਾਜ ਸੇਵੀ ਪਵਨਦੀਪ ਸਿੰਘ ਵੀ ਮੌਜੂਦ ਸਨ। ਅੱਜ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਲਾਇੰਸ ਭਵਨ ਦੇ ਵਿੱਚ, ਔਰ ਇਹਦੇ ਵਿੱਚ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ। ਬੀਇੰਗ ਪੈਟਰਨ ਡਾਕਟਰ ਐਸ ਕੇ ਕੱਕੜ ਆਫ ਨੈਸ਼ਨਲ ਇੰਟਰਗ੍ਰੇਟਿਡ ਮੈਡੀਕਲ ਐਸੋਸੀਏਸ਼ਨ, ਅਸੀਂ ਇੱਕ ਕਾਫੀ ਹੋਰ ਵੀ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨੂੰ ਅੱਜ ਯੋਗਾ ਡੇ ਦੇ ਵਿੱਚ ਸੰਮਿਲਿਤ ਕੀਤਾ ਹੈ। ਜਿਸ ਤਰ੍ਹਾਂ ਜੇਸੀਸ ਕਲੱਬ ਹੈ, ਆਈਮਾ ਹੈ, ਆਯੁਸ਼ ਡਿਪਾਰਟਮੈਂਟ ਨੇ ਬੜਾ ਮੇਜਰ ਰੋਲ ਕੀਤਾ ਹੈ, ਜਿਹੜੇ ਕਿ ਗੌਰਮੈਂਟ ਇੰਪਲਾਈਜ਼ ਡਾਕਟਰਸ ਨੇ ਉਹਨਾਂ ਨੇ ਇਹਦੇ 'ਚ ਵੱਧ ਚੜ੍ਹ ਕੇ ਭਾਗ ਲਿਆ। ਔਰ ਉਹਦੇ ਬਾਅਦ ਆਈਮਾ ਵੀ ਹੈ, ਜੇਸੀ ਕਲੱਬ ਹੈ, ਲਾਇਨਸ ਕਲੱਬ ਦੇ ਵਿੱਚ ਕਮ ਸੇ ਕਮ 500-700 ਡੈਲੀਗੇਟਸ ਨੇ ਇਹ ਫੰਕਸ਼ਨ ਅਟੈਂਡ ਕੀਤਾ ਹੈ। ਔਰ ਭਜਨ ਸੰਧਿਆ ਵੀ ਹੋਈ ਹੈ, ਔਰ ਮਿਸਟਰ ਤ੍ਰਿਪਾਠੀ ਜਿਹੜੇ ਕਿ ਡਾਕਟਰ ਬਜਾਜ ਦੇ ਸਾਡੇ ਐਡਵਾਈਜ਼ਰ ਨੇ, ਉਹ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਦੇ ਬ੍ਰਾਂਚ ਦੇ, ਉਹਨਾਂ ਨੇ ਹੀ ਜ਼ਿਆਦਾ ਹੀ ਰੋਲ ਇਹਦੇ 'ਚ ਪਲੇ ਕੀਤਾ ਟੂ ਔਰਗਨਾਈਜ਼ ਟੂਡੇਜ਼ ਫੰਕਸ਼ਨ। ਔਰ ਤ੍ਰਿਪਾਠੀ ਸਾਹਿਬ ਨੇ ਯੋਗਾ ਦੇ ਕਈ ਸੈਸ਼ਨ, ਕਈ ਯੋਗ ਸਿਖਾਏ ਜਿਹੜੇ ਕਿ ਸਿਹਤ ਵਾਸਤੇ ਬਹੁਤ ਹੀ ਅੱਛੇ ਨੇ। ਯੋਗਾ ਦਾ ਮਤਲਬ ਹੀ ਇਹ ਹੈ ਟੂ ਕੀਪ ਯੂਰ ਸੈਲਫ ਫਿਟਨੈਸ ਫਿਟ ਐਂਡ ਟੂ ਬੀ ਅਟੈਚ ਵਿਦ ਦਾ ਗੋਡ। ਔਰ ਇੱਕ ਇੱਕ ਬਹੁਤ ਹੀ ਅੱਛਾ, ਮੈਂ ਕਹਿੰਦਾ ਇੰਡੀਆ ਦਾ ਇੱਕ ਨਾਮ ਬੁਲੰਦ ਕਰਨ ਵਾਸਤੇ ਪ੍ਰਧਾਨ ਮੰਤਰੀ ਨੇ ਇਹ ਯੋਗਾ ਡੇ ਸੈਲੀਬ੍ਰੇਟ ਕੀਤਾ, ਔਰ ਸਾਰੇ ਵਰਲਡ ਨੇ ਇਹਨੂੰ ਰਿਕੋਗਨਾਈਜ਼ ਕੀਤਾ। ਅੱਜ ਥਰੂ ਆਊਟ ਵਰਲਡ ਇਹ ਯੋਗਾ ਡੇ ਸੈਲੀਬ੍ਰੇਟ ਹੋ ਰਿਹਾ, ਔਰ ਮੈਂ ਸਭ ਨੂੰ ਇਸ ਦੇ ਵਾਸਤੇ ਵਧਾਈ ਦੇਣਾ, ਔਰ ਸਭ ਨੂੰ ਕਹਿਣਾ ਕਿ ਯੋਗਾ ਦੇ ਨਾਲ ਜੁੜੋ। ਧੰਨਵਾਦ। ਸਭ ਲੁਧਿਆਣਾ ਵਿਊ ਨੇ ਲਾਈਵ ਕੀਤਾ ਸੀ, ਜਿਸ ਦਾ ਦਰਸ਼ਕਾਂ ਨੇ ਖੂਬ ਹੁੰਗਾਰਾ ਭਰਿਆ ਤੇ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।